ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਇਹ ਵੀਡੀਓ ਲੈ ਕੇ ਆਈ ਆ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਈਟੀ ਟ੍ਰੇਡ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਜਿਹੜੀ ਨਵੀਂ ਜਨਰੇਸ਼ਨ ਚੱਲ ਰਹੀ ਹੈ, ਉਹਨਾਂ ਦਾ ਮੋਸਟਲੀ ਇੰਟਰਸਟ ਹੈ ਕਿ ਅਸੀਂ ਫੋਰਨ ਕੰਟਰੀ ਜਾ ਕੇ ਸੈਟਲ ਹੋਣਾ, ਅਤੇ ਅਗਰ ਬੱਚੇ ਚਾਹੁੰਦੇ ਨੇ ਤਾਂ ਇੱਥੇ ਵੀ ਵਧੀਆ ਢੰਗ ਦੇ ਨਾਲ ਜੋਬ ਲੈ ਸਕਦੇ ਨੇ। अगर बच्चे आईटी ट्रेड का कोर्स करते हैं तो वह फॉरन कंट्री में जाके ईजली सैटल हो सकते हैं, इंडिया के रह के भी वधिया सैलरी के नाल जॉब ले सकते हैं, या फिर अपना खुद का बिजनेस स्टार्ट कर सकते हैं। तो अज आप आईटी ट्रेड बारे गल कर जा रहे हैं। सब तो पहले तुम दसना चाहांगी कि गौरमेंट के वलों आईटी ट्रेड की जो एडमिशन्स ने उन्हां दी डेट नू वधा दिता गया। पहले एडमिशन बंद हो चुकी थी, लेकिन जेड़े बच्चे रह गए ने उन्होंने आई टी दे कोर्स दे विच एडमिशन किसी कारण करके नहीं ली ते एडमिशन लेना चाहते ने, हुण वो बच्चे 10 अक्तूबर तक एडमिशन लै सकते हैं। सो तुहाडे कोल बहुत वधिया मौका है, थोड़े दिन रह गए ने। जेड़े बच्चे किसी कारण करके एडमिशन नहीं लै सके, वह साडी कनेडियन आई टी पटियाला दे विच आके एडमिशन लै सकते ने ते कोर्स कर सकते हैं। साड़ी कनेडियन आई टी पटियाला, अगर तुसी एड्रैस नोट करना तो एड्रैस नोट कर सकते हो, C174 नियर टोयटा कार एजेंसी फोकल पॉइंट पटियाला। साड़ी कनेडियन आई टी पटियाला दे विच 7 तरह के ट्रेड कोर्सिज करवाए जाते हैं, तुसी ये कोर्सिज नोट भी कर सकते हो। इलैक्ट्रीशियन, डीजल मकैनिक, वैल्डर, पलंबर, ब्यूटी पार्लर, कोपा जिहड़ा कि कंप्यूटर का कोर्स है 1 साल का, ਅਤੇ ਇੰਗਲਿਸ਼ ਸਟੈਨੋਗ੍ਰਾਫੀ। ਇਹ ਸਾਰੇ ਕੋਰਸ ਸਾਲ ਸਾਲ ਦੇ ਨੇ, ਪਰ ਜਿਹੜਾ ਇਲੈਕਟ੍ਰੀਸ਼ਨ ਦਾ ਕੋਰਸ ਹੈ ਇਹ 2 ਸਾਲ ਦਾ। ਸੋ ਤੁਸੀਂ ਈਜ਼ਲੀ ਸਾਲ ਦਾ ਕੋਰਸ ਕਰਕੇ ਵਧੀਆ ਨੌਲੇਜ ਇਹਨਾਂ ਟ੍ਰੇਡ ਬਾਰੇ ਲੈ ਸਕਦੇ ਹੋ। ਜਿਹੜੀ ਇਹ ਕੈਨੇਡੀਅਨ ਆਈ ਟੀ ਪਟਿਆਲਾ ਹੈ ਸਾਡੀ, ਇਹ NCVT ਤੋਂ ਮਾਨਤਾ ਪ੍ਰਾਪਤ ਹੈ। ਮੀਨਸ ਕਿ ਅਗਰ ਤੁਸੀਂ ਸਾਡੀ ਆਈ ਟੀ ਤੋਂ ਕੋਰਸ ਕਰਦੇ ਹੋ ਤਾਂ ਤੁਹਾਨੂੰ NCVT ਦਾ ਸਰਟੀਫਿਕੇਟ ਮਿਲੇਗਾ, ਜਿਹੜਾ ਕਿ ਇੰਡੀਆ ਦੇ ਨਾਲ ਨਾਲ ਫੋਰਨ ਕੰਟਰੀ ਦੇ ਵਿੱਚ ਵੀ ਵੈਲਿਡ ਹੈ। ਬੱਚਾ ਜਿੱਥੇ ਵੀ ਜਾਵੇ, ਕੈਨੇਡਾ, ਆਸਟ੍ਰੇਲੀਆ, ਕਿਤੇ ਵੀ ਜਾਂਦਾ ਤਾਂ ਇਹ ਸਰਟੀਫਿਕੇਟ ਉੱਥੇ ਉਹਨੂੰ ਈਜ਼ੀ ਜੋਬ ਲੱਭਣ ਦੇ ਵਿੱਚ ਹੈਲਪ ਕਰੇਗਾ, ਅਤੇ ਉੱਥੇ ਜਾ ਕੇ ਬੱਚੇ ਵਧੀਆ ਸੈਲਰੀ ਪੈਕੇਜ ਲੈ ਸਕਦੇ ਨੇ। ਸੋ ਜਿਹੜੇ ਬੱਚੇ ਨੇ ਐਡਮਿਸ਼ਨ ਨਹੀਂ ਕਰਵਾਈ, ਉਹ ਜਲਦ ਤੋਂ ਜਲਦ ਐਡਮਿਸ਼ਨ ਕਰਾਓ ਤਾਂ ਕਿ ਤੁਹਾਡਾ ਟਾਈਮ ਜਿਹੜਾ ਉਹ ਨਿਕਲ ਨਾ ਜਾਏ, ਅਤੇ ਜਿਹੜੇ ਬੱਚੇ ਸਾਡੀ ਕੈਨੇਡੀਅਨ ਆਈ ਟੀ ਦੇ ਵਿੱਚ ਐਡਮਿਸ਼ਨ ਕਰਾਉਣਗੇ ਉਹਨਾਂ ਨੂੰ ਕੈਨੇਡਾ ਜਾਣ ਦੇ ਬਾਰੇ ਬਿਲਕੁਲ ਫ੍ਰੀ ਦੇ ਵਿੱਚ ਗਾਈਡ ਕੀਤਾ ਜਾਏਗਾ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਘੱਟ ਖਰਚੇ 'ਤੇ ਕੈਨੇਡਾ ਜਾ ਕੇ ਕਿਵੇਂ ਸੈਟਲ ਹੋ ਸਕਦੇ ਹੋ। ਅਤੇ ਇਹਦੇ ਨਾਲ ਨਾਲ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਸਾਡੀ ਕੈਨੇਡੀਅਨ ਆਈ ਟੀ ਪਟਿਆਲਾ ਦੇ ਵਿੱਚ ਅਸੀਂ ਥਿਊਰੀ ਦੇ ਨਾਲ ਨਾਲ ਪ੍ਰੈਕਟੀਕਲ ਨੌਲੇਜ ਵੀ ਪ੍ਰੋਪਰ ਦਿੰਦੇ ਹਾਂ, ਕਿਉਂਕਿ ਜਦੋਂ ਬੱਚੇ ਨੇ ਕੋਰਸ ਕਰਕੇ ਬਾਹਰ ਜਾਣਾ ਹੈ, ਜੋਬ ਲੈਣੀ ਹੈ, ਬੇਸ਼ੱਕ ਉਹ ਇੰਡੀਆ 'ਚ ਜੋਬ ਕਰ ਰਿਹਾ ਹੈ ਜਾਂ ਫਿਰ ਕੈਨੇਡਾ ਜਾ ਕੇ ਉਹਨੇ ਜੋਬ ਕਰਨੀ ਹੈ, ਤਾਂ ਉਹਦੀ ਪ੍ਰੈਕਟੀਕਲ ਨੌਲੇਜ ਚੈੱਕ ਕੀਤੀ ਜਾਂਦੀ ਹੈ। ਸੋ ਅਸੀਂ ਪ੍ਰੈਕਟੀਕਲ ਨੌਲੇਜ 'ਤੇ ਵੀ ਜ਼ਿਆਦਾ ਜ਼ੋਰ ਦਿੰਦੇ ਹਾਂ ਤਾਂ ਕਿ ਬੱਚੇ ਨੂੰ ਹੱਥੀਂ ਕੰਮ ਕਰਨਾ ਆਉਂਦਾ ਹੋਵੇ, ਕਿਉਂਕਿ ਜਦੋਂ ਵੀ ਜਿੱਥੇ ਵੀ ਕਿਤੇ ਆਪਾਂ ਇੰਟਰਵਿਊ ਦੇਣ ਲਈ ਜਾਂਦੇ ਹਾਂ ਸਭ ਤੋਂ ਪਹਿਲਾਂ ਆਪਣੀ ਪ੍ਰੈਕਟੀਕਲ ਨੌਲੇਜ ਚੈੱਕ ਕੀਤੀ ਜਾਂਦੀ ਹੈ ਕਿ ਬੱਚੇ ਨੂੰ ਆਉਂਦਾ ਕੀ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬੱਚਾ ਸਿਲੇਬਸ ਦੇ ਅਕੋਰਡਿੰਗਲੀ ਸਾਰਾ ਜਿਹੜਾ ਪ੍ਰੈਕਟੀਕਲ ਹੈ ਉਹ ਸਿੱਖ ਕੇ ਜਾਵੇ। ਸੋ ਬਹੁਤ ਵਧੀਆ ਮੌਕਾ ਹੈ ਤੁਹਾਡੇ ਲਈ, ਤੁਸੀਂ ਕੈਨੇਡੀਅਨ ਆਈ ਟੀ ਪਟਿਆਲਾ ਦੇ ਵਿੱਚ ਆ ਵੀ ਸਕਦੇ ਹੋ, ਅਤੇ ਜਾਂ ਫਿਰ ਫੋਨ ਨੰਬਰਾਂ 'ਤੇ ਸੰਪਰਕ ਕਰਕੇ ਵੀ ਆਪਣੀ ਐਡਮਿਸ਼ਨ ਕਰਵਾ ਸਕਦੇ ਹੋ। ਸੋ ਪਲੀਜ਼ ਵੀਡੀਓ ਨੂੰ ਜ਼ਿਆਦਾ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਵੀਡੀਓ ਉਹਨਾਂ ਬੱਚਿਆਂ ਤੱਕ ਜ਼ਰੂਰ ਪਹੁੰਚੇ ਜਿਹੜੇ ਬੱਚੇ ਆਈ ਟੀ ਟ੍ਰੇਡ ਦਾ ਕੋਰਸ ਕਰਨਾ ਚਾਹੁੰਦੇ ਨੇ ਬਟ ਕਿਸੇ ਕਾਰਨ ਕਰਕੇ ਅਜੇ ਉਹ ਐਡਮਿਸ਼ਨ ਨਹੀਂ ਲੈ ਸਕੇ। ਉਹਨਾਂ ਕੋਲ ਅਜੇ ਮੌਕਾ ਹੈ, ਕਾਫੀ ਦਿਨ ਪਏ ਨੇ, 10 ਅਕਤੂਬਰ ਤੱਕ ਉਹ ਬੱਚੇ ਐਡਮਿਸ਼ਨ ਲੈ ਸਕਦੇ ਨੇ। ਸੋ ਪਲੀਜ਼ ਵੀਡੀਓ ਨੂੰ ਜ਼ਿਆਦਾ ਲਾਈਕ ਅਤੇ ਸ਼ੇਅਰ ਕਰਿਓ ਤਾਂ ਕਿ ਬੱਚੇ ਐਡਮਿਸ਼ਨ ਲੈ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾ ਸਕਣ। ਥੈਂਕ ਯੂ।